ਜਦੋਂ ਮੈਂ ਸੁਣੀ ਨਾ ਸਟੋਰੀ ਮੈਨੂੰ ਲੱਗਿਆ ਕਿ ਮੈਂ ਬਹੁਤ ਰਿਲੇਟ ਕਰਦੀ ਹਾਂ ਇਸ ਕਰੈਕਟਰ ਦੇ ਨਾਲ ਕਿ ਮੈਨੂੰ ਕੋਈ ਐਫਰਟਸ ਨਹੀਂ ਕਰਨੇ ਪੈਣਗੇ, ਇਹ ਤਾਂ ਮੈਂ ਹੀ ਹਾਂ। ਮਾੜੀ ਮੋਟੀ ਤਿਆਰੀ ਇਹਦੀ ਕਰਵਾਈ ਸੀਗੀ, ਮੱਝਾਂ ਮੁੱਝਾਂ ਵਾਲੇ ਘਰੇ ਭੇਜਿਆ ਇਹਨੂੰ, ਹਾਂ ਇਹਨੂੰ ਪਾਥੀਆਂ ਪੂਥੀਆਂ ਸਿਖਾਈਆਂ। ਇਹ ਦਿੱਲੀ ਬੋਨ ਹੈ ਨਾ, ਇਹਨਾਂ ਦੇ ਗੁਆਂਢ ਮੁੱਝਾਂ ਸੀ, ਉੱਥੇ ਭੇਜਾਵਾਂ ਜਾ ਕਰੀ ਗੋਹੇ ਨੂੰ ਹੱਥ ਲਾ ਪਾਥੀਆਂ ਪੱਤ ਕੇ ਆ। 50% ਕੰਮ ਤਾਂ ਨਾ ਤੁਹਾਡਾ ਆਰਟਿਸਟ ਦਾ ਉਦੋਂ ਹੀ ਹੋ ਜਾਂਦਾ ਜਦੋਂ ਤੁਸੀਂ ਉਹਨੂੰ ਜੀਣਾ ਸ਼ੁਰੂ ਕਰ ਦਿੰਦੇ ਹੋ ਕਰੈਕਟਰ ਨੂੰ, ਹੈ ਨਾ। ਅਤੇ ਵੈਸੇ ਵੀ ਇਹਦੀ ਸਮਾਈਲ ਅਤੇ ਇਹਦਾ ਜਿਹੜਾ ਨੇਚਰ ਹੈ ਉਹ ਸੂਟ ਕਰਦਾ ਚੰਨੀ ਦੇ ਕਰੈਕਟਰ ਨੂੰ, ਜਿਹੜਾ ਬੇਸਿਕਲੀ ਇਹਨੂੰ ਲੈਣ ਦਾ ਕਾਰਨ ਸੀ। ਸਭ ਤੋਂ ਪਹਿਲਾਂ ਤਾਂ ਮੇਰੇ ਲਈ ਇਹ ਹੀ ਬਹੁਤ ਵੱਡੀ ਗੱਲ ਸੀ ਕਿ ਇੰਨੇ ਵਧੀਆ ਇੰਨੇ ਵੱਡੇ ਆਰਟਿਸਟ ਨੇ, ਉਹਨਾਂ ਨੂੰ ਇੰਨਾ ਐਕਸਪੀਰੀਅੰਸ ਹੈ, ਉਹਨਾਂ ਨੇ ਇੰਨਾ ਵਧੀਆ ਲਈ ਕੰਮ ਕੀਤਾ, ਉਹਨਾਂ ਦੇ ਨਾਲ ਮੈਨੂੰ ਜੇ ਸਕਰੀਨ ਸ਼ੇਅਰ ਕਰਨ ਦਾ ਮੌਕਾ ਮਿਲ ਰਿਹਾ, ਮੈਨੂੰ ਲੱਗਦਾ ਉਹ ਮੇਰੇ ਲਈ ਬਹੁਤ ਵੱਡੀ ਗੱਲ ਸੀ। ਸਭ ਤੋਂ ਪਹਿਲਾਂ ਤਾਂ ਇੱਕ ਆਰਟਿਸਟ ਨੂੰ ਖੁਦ ਪੋਜ਼ਿਟਿਵ ਹੋਣਾ ਚਾਹੀਦਾ। ਦੇਖੋ ਉਤਾਰ ਚੜ੍ਹਾਅ ਹਰੇਕ ਕੰਮ ਦੇ ਵਿੱਚ ਆਉਂਦੇ ਨੇ, ਤੁਹਾਨੂੰ ਬਹੁਤ ਸਾਰੀ ਨਿਊਜ਼ ਸੁਣਨੀਆਂ ਪੈਂਦੀਆਂ, ਨਾ ਸੁਣਨੀ ਪੈਂਦੀ ਆ, ਉਹਦੇ ਤੋਂ ਹਤਾਸ਼ ਨਹੀਂ ਹੋਣਾ ਚਾਹੀਦਾ। ਲੱਗੇ ਰਹੋ, ਅਗਰ ਤੁਸੀਂ ਲਾਈਨ 'ਚ ਲੱਗੇ ਹੋ ਤਾਂ ਆਓ। ਮੈਂ ਤਾਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਮੈਮ ਨਿਰਮਲ ਰਿਸ਼ੀ ਵਰਗੇ ਗੁਰੂ ਮਿਲੇ ਨੇ, ਹੈ ਨਾ, ਜਿਨ੍ਹਾਂ ਨੇ 2.4 ਗੱਲਾਂ ਸਿਖਾਤੀਆਂ ਸੀ। ਬਹੁਤ ਜ਼ਿਆਦਾ ਸਾਨੂੰ ਮਤਲਬ ਘੋਲ ਕੇ ਪਾਉਣ ਦੀ ਲੋੜ ਨਹੀਂ ਪਈ, ਬਾਕੀ ਘੋਲ ਕੇ ਤੁਸੀਂ ਪਾ ਵੀ ਨਹੀਂ ਸਕਦੇ ਕਿਸੇ ਦਿਮਾਗ 'ਚ। ਜਿਹੜਾ ਜਿਸ ਫੀਲਡ 'ਚ ਮਿਹਨਤ ਕਰ ਰਿਹਾ ਉਹ ਪੋਜ਼ਿਟਿਵ ਹੈ, ਅਤੇ ਨੈਗੇਟਿਵ ਸਿਰਫ ਉਸ ਬੰਦੇ ਲਈ ਹੁੰਦਾ ਜਿਹੜਾ ਵਿੱਚੋਂ ਛੱਡਦਾ, ਜਿਹੜਾ ਆਪਣੇ ਆਪ ਨੂੰ ਹਾਰ ਮੰਨ ਲੈਂਦਾ, ਆਪਣੀ ਹਾਰ ਮੰਨ ਲੈਂਦਾ, ਉਹ ਹਾਰਦਾ, ਉਹ ਨੈਗੇਟਿਵ ਆ। ਹੋਰ ਕੋਈ ਨੈਗੇਟਿਵ ਨਹੀਂ, ਕੋਈ ਪੋਜ਼ਿਟਿਵ ਨਹੀਂ। ਪਰਮਾਤਮਾ ਨੇ ਹਰ ਸਮੇਂ ਦੌਰ ਬਦਲਦੇ ਜਾਂਦੇ ਨੇ। ਕਿਹਨੇ ਸੋਚਿਆ ਸੀਗਾ ਲੋਕਡਾਊਨ ਤੋਂ ਬਾਅਦ ਸਿਨੇਮੇ ਦਾ ਆਹ ਰੂਪ ਹੋਜੂਗਾ। ਹਰੇਕ ਬੰਦਾ ਫੇਲ ਨਹੀਂ ਹੁੰਦਾ ਤਾਂ ਹਰੇਕ ਬੰਦਾ ਪਾਸ ਵੀ ਨਹੀਂ ਹੁੰਦਾ। ਕੀ ਹੈ ਕਿ ਲੋਕ ਪੁਰਾਣੇ ਐਕਸਪੀਰੀਅੰਸ ਤੋਂ ਸਿੱਖਦੇ ਆ, ਤੂੰ ਵਧੀਆ ਕੰਮ ਕੀਤਾ, ਇਹ ਵਾਹਿਗੁਰੂ ਦੀ ਕਿਰਪਾ ਤੇਰੇ 'ਤੇ। ਪਰ ਕਈ ਲੋਕਾਂ ਨੂੰ ਚਾਂਸ ਮਿਲਿਆ, ਉਹਨਾਂ ਨੇ ਵਧੀਆ ਕੰਮ ਨਹੀਂ ਕੀਤਾ, ਔਨ ਸਕਰੀਨ ਉਹ ਪ੍ਰੂਫ ਪਏ ਨੇ ਕਿ ਇਹ ਲੋਕ ਵਧੀਆ ਕੰਮ ਨਹੀਂ ਕਰ ਪਾਏ, ਉਹ ਐਕਸਪੀਰੀਅੰਸ ਅਗਲੇ ਗੈਟ ਕਰਕੇ ਬੋਲਦੇ ਆ ਨਾ। ਬਟ ਵੈਨ ਯੂ ਵਿਲ ਗੈਟ ਦਾ ਚਾਂਸ, ਡੂ ਯੂਅਰ ਬੈਸਟ, ਹਿੱਟ ਹਾਰਡ, ਤੁਹਾਨੂੰ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਜਦੋਂ ਵਧੀਆ ਕੰਮ ਕਰੋਗੇ, ਹੋ ਸਕਦਾ ਤੁਹਾਨੂੰ ਵੇਖ ਕੇ ਅਗਲਾ ਹੋਰ 4 ਬੰਦਿਆਂ ਨੂੰ ਚਾਂਸ ਦੇਵੇ, ਯਾਰ ਮੋਲੀ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ, ਆਪਾਂ ਉਸ ਮਾਡਲ ਨੂੰ ਵੀ ਲੈਂਦੇ ਹਾਂ। ਜਦੋਂ ਡਾਇਰੈਕਟਰ, ਟੀਮ ਜਾਂ ਇਹਨਾਂ ਸਾਰਿਆਂ ਨੂੰ ਆਪਣੀ ਕੈਪੇਬਿਲਿਟੀ 'ਤੇ ਭਰੋਸਾ ਨਹੀਂ ਹੁੰਦਾ ਤਾਂ ਉਹ ਬਣਿਆ ਬਣਾਇਆ ਪਕਵਾਨ ਕੋਸ਼ਿਸ਼ ਕਰਦੇ ਆ ਕਿ ਸਾਰਾ ਕੁਝ ਬਣਿਆ ਬਣਾਇਆ ਆ ਜੇ, ਆਪਾਂ ਇਹਦੇ ਪੇਜ ਤੇ ਪਊਗਾ, ਇਹਦੇ ਇੰਨੇ ਫਾਲੋਅਰਸ ਨੇ, ਆਪਣੇ ਆਪ ਸਾਰਾ ਕੁਝ ਜੋ ਮੈਂ ਵੀ ਹਿੱਟ ਹੋ ਜਾਊਂਗਾ। ਦੇਸੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਹੰਸ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਬੱਲੇ ਉਹ ਚਲਾਕ ਸੱਜਣਾ ਦੀ ਇੱਕ ਮੇਨ ਲੀਡ ਜੋੜੀ ਵਿਕਰਮ ਸਿੰਘ ਤੇ ਮੌਲੀਨਾ ਸੋਢੀ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ ਵਾਹਿਗੁਰੂ ਦੀ। ਕਿਵੇਂ ਦੀ ਫੀਲਿੰਗ ਹੈ? ਆਲ ਗੁੱਡ, ਬਹੁਤ ਐਕਸਾਈਟਿਡ ਆ ਤੇ ਬਹੁਤ ਵਧੀਆ ਲੱਗ ਰਿਹਾ। ਟ੍ਰੇਲਰ ਦੇਖਿਆ ਹੋਏਗਾ ਤੁਸੀਂ, ਉਮੀਦ ਆ ਤੁਹਾਨੂੰ ਪਸੰਦ ਆਇਆ। ਤੁਹਾਡੀਆਂ ਅੱਖਾਂ ਬਹੁਤ ਸੋਹਣੀਆਂ ਨੇ। ਥੈਂਕ ਯੂ। ਸੋ ਬੱਲੇ ਉਹ ਚਲਾਕ ਸੱਜਣਾ ਫਿਲਮ ਦੀ ਗੱਲ ਕਰੀਏ ਤੇ ਦੋ ਭਰਾਵਾਂ ਦੀ ਕਹਾਣੀ ਹੈ ਜਿਵੇਂ ਅਸੀਂ ਟ੍ਰੇਲਰ 'ਚ ਦੇਖਿਆ, ਕਾਨਫਰੰਸ 'ਚ ਗੱਲਬਾਤ ਕੀਤੀ ਹੈ। ਸੋ ਕਿਵੇਂ ਇਹ ਫਿਲਮ ਦਾ ਸਬੱਬ ਬਣਿਆ, ਕਿਵੇਂ ਤੁਹਾਡੇ ਕੋਲ ਆਈ ਤੇ ਮੇਨ ਰੀਜ਼ਨ ਕੀ ਸੀ ਸਕ੍ਰਿਪਟ ਨੂੰ ਹਾਂ ਕਰਨ? ਦੇਖੋ, ਪਹਿਲਾਂ ਤਾਂ ਅਸੀਂ ਐਕਟਰ ਹਾਂ, ਸਾਡਾ ਮਤਲਬ ਜਿਹੜਾ ਸਭ ਤੋਂ ਵੱਡਾ ਫਰਜ਼ ਇਹੀ ਹੈ ਕਿ ਇੰਡਸਟਰੀ ਦੇ ਵਿੱਚ ਹਰ ਤਰ੍ਹਾਂ ਦੀ ਫਿਲਮ ਕੀਤੀ ਜਾਵੇ, ਹੈ ਨਾ ਜੀ। ਇਹ ਡਿਫਰੈਂਟ ਕੌਨਸੈਪਟ ਸੀ। ਗੁਰਪ੍ਰੀਤ ਤੋਤੀ ਮੇਰਾ ਦੋਸਤ ਹੈ ਜਿਨ੍ਹਾਂ ਦੀ ਇਹ ਸਟੋਰੀ ਲਿਖੀ ਹੋਈ ਹੈ, ਅਤੇ ਸਟੋਰੀ ਸੁਣੀ, ਚੰਗੀ ਲੱਗੀ। ਮੇਰੇ ਲਈ ਭਰਾਵਾਂ ਦਾ ਰਿਸ਼ਤਾ ਬਹੁਤ ਮਾਇਨੇ ਰੱਖਦਾ, ਮੈਂ ਇਸ ਰਿਸ਼ਤੇ ਨੂੰ ਬਹੁਤ ਜੀਆ, ਅਤੇ ਆਪਣੇ ਬਿਜ਼ੀ ਸ਼ਡਿਊਲ ਕਰਕੇ ਮੈਂ ਉਹਨਾਂ ਤੋਂ ਦੂਰ ਵੀ ਰਿਹਾ, ਤਾਂ ਮੇਰੇ ਲਈ ਭਰਾਵਾਂ ਦੇ ਰਿਸ਼ਤਿਆਂ ਦੀ ਬੜੀ ਕੀਮਤ, ਮੇਰੇ ਲਈ ਰਿਸ਼ਤਿਆਂ ਦੀ ਬੜੀ ਕੀਮਤ ਹੈ, ਮੈਂ ਸਭ ਤੋਂ ਪਹਿਲਾਂ ਰਿਸ਼ਤਿਆਂ ਨੂੰ ਪਹਿਲ ਦਿੰਦਾ। ਸੋ ਪਹਿਲਾ ਕਾਰਨ ਤਾਂ ਇਹ ਸੀ ਕਿ ਉਹ ਦੋ ਭਰਾ ਜਦੋਂ ਕਹੇ ਗਏ ਤਾਂ ਫਿਰ ਮੇਰੇ ਦਿਲ ਨੂੰ ਉਹ ਚੀਜ਼ ਛੂ ਗਈ ਸੀ। ਸੈਕੰਡਰੀ ਜਦੋਂ ਇਹਨੂੰ ਬਣਿਆ ਗਿਆ, ਫਿਲਮ ਨੂੰ ਸਾਡੇ ਡਾਇਰੈਕਟਰ ਬੈਠੇ, ਇਹਦਾ ਸਕਰੀਨ ਪਲੇ ਬਣਿਆ, ਹਰ ਚੀਜ਼ ਬਣੀ, ਤਾਂ ਇੰਨੀ ਕੁ ਵਧੀਆ ਉੱਭਰ ਕੇ ਆਈ ਕਿ ਇੱਕ ਐਕਟਰ ਹੋਣ ਦੇ ਨਾਤੇ ਅਗਰ ਮੈਂ ਇਹ ਫਿਲਮ ਮੈਨੂੰ ਨਾ ਮਿਲਦੀ, ਇਹ ਕਿਸਮਤ ਹੈ ਕਿ ਮੈਨੂੰ ਮਿਲੀ, ਜੇ ਮੈਨੂੰ ਨਾ ਮਿਲੀ ਤਾਂ ਸ਼ਾਇਦ ਮੈਨੂੰ ਅਫਸੋਸ ਰਹਿੰਦਾ ਇਸ ਗੱਲ ਦਾ। ਸੋ ਬੇਸਿਕਲੀ ਕੌਨਸੈਪਟਸ ਐਂਡ ਮੇਰੀ ਟੀਮ, ਜਿਹੜੀ ਇਹ ਦੋਨੇ ਕਾਰਨ ਸੀ ਇਸ ਫਿਲਮ ਨੂੰ ਹਾਂ ਕਰਨ ਲਈ। ਸੋ ਇਹਨਾਂ ਦੀ ਵਾਈਫ ਦਾ ਕਿਰਦਾਰ ਹੈ ਜਿਹੜਾ ਤੁਸੀਂ ਨਿਭਾ ਰਹੇ ਹੋ ਫਿਲਮ ਦੇ ਵਿੱਚ, ਅਤੇ ਟ੍ਰੇਲਰ 'ਚ ਵੀ ਅਸੀਂ ਦੇਖ ਸਕਦੇ ਹਾਂ ਕਿ ਵਿਆਹ ਤੋਂ ਬਾਅਦ ਕਿਵੇਂ ਇਮੋਸ਼ਨਲ ਔਕੜਾਂ ਜਿਹੜੀਆਂ ਆਉਂਦੀਆਂ ਨੇ ਜਾਂ ਫਿਰ ਕੋਈ ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ ਪਾਰਟਨਰ ਦੇ ਨਾਲ, ਅਤੇ ਰਿਸ਼ਤਿਆਂ ਨੂੰ ਨਿਭਾਉਣਾ ਕਿੰਨਾ ਔਖਾ ਹੁੰਦਾ। ਕੁੜੀ ਲਈ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਜ਼ਿੰਮੇਦਾਰੀਆਂ ਵੱਧ ਜਾਂਦੀਆਂ ਨੇ ਅਤੇ ਕਈ ਤਰ੍ਹਾਂ ਦੇ ਜਿਹੜੀਆਂ ਲਿਮਿਟੇਸ਼ਨਸ ਹੁੰਦੀਆਂ ਨੇ ਉਹਦੇ ਕੋਲ ਆ ਜਾਂਦੀਆਂ ਨੇ, ਕਈ ਲਿਮਿਟਸ ਵੱਧ ਜਾਂਦੀਆਂ ਨੇ। ਸੋ ਇਸ ਕਿਰਦਾਰ ਵਾਸਤੇ ਤੁਸੀਂ ਕੀ ਅਬਜ਼ਰਵ ਕੀਤਾ ਸੀ, ਕੀ ਜਿਹੜੀ ਸਪੈਸ਼ਲ ਤਿਆਰੀ ਆ ਉਹ ਰਹੀ? ਮੇਰੀ ਕੋਈ ਸਪੈਸ਼ਲ ਤਿਆਰੀ ਨਹੀਂ ਰਹੀ, ਇਹ ਬਹੁਤ ਹੀ ਮੇਰੇ ਲਈ ਬਹੁਤ ਸਮੂਥ ਸੀ ਇਹ ਕਰੈਕਟਰ ਕਰਨਾ, ਕਿਉਂਕਿ ਮੈਂ ਆਪ ਮੈਰਿਡ ਆ ਅਤੇ ਮੈਨੂੰ ਲੱਗਦਾ ਉਹ ਐਕਸਪੀਰੀਅੰਸ, ਮੈਨੂੰ ਲੱਗਦਾ ਮੇਰੇ ਤੋਂ ਬਾਅਦ ਹੋਰ ਕੋਈ ਕਰ ਨਹੀਂ ਸਕਦੀ ਸੀ ਮੈਨੂੰ ਲੱਗਦਾ, ਹੈ ਨਾ। ਅਤੇ ਇੱਕ ਗੱਲ ਮੈਂ ਜੇ ਸੱਚੀ ਦੱਸਾਂ ਤਾਂ ਇਹ ਸੀ ਕਿ ਮੈਨੂੰ ਸਭ ਤੋਂ ਪਹਿਲਾਂ ਮੈਨੂੰ ਕੋਲ ਆਇਆ ਸੀ ਗੁਰਪ੍ਰੀਤ ਤੋਤੀ ਜੀ ਦਾ, ਜਿਨ੍ਹਾਂ ਨੇ ਇਹ ਸਟੋਰੀ ਲਿਖਿਆ, ਅਤੇ ਵਿਕਰਮ ਜੀ ਨੂੰ ਮੈਂ ਉਹਨਾਂ ਦੇ ਨਾਲ ਹੀ ਮਿਲੀ ਸੀ, ਅਤੇ ਇਹਨਾਂ ਨੇ ਮੈਨੂੰ ਇੱਕ ਗੱਲ ਕਹਿ ਦਿੱਤੀ ਸੀ, ਚੰਨੀ ਦਾ ਜਿਹੜਾ ਕਰੈਕਟਰ ਹੈ ਨਾ ਉਹ ਤੁਸੀਂ ਕਰਨਾ, ਅਤੇ
ਤੁਸੀਂ ਮਤਲਬ ਮੈਂ ਨਾ ਮੈਂ ਕਰ ਹੀ ਨਹੀਂ ਸਕੀ ਇਹਨਾਂ ਨੂੰ, ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਨਾ ਕਿਵੇਂ ਬੋਲਾਂ, ਕਿਉਂਕਿ ਇੰਨੀ ਵਧੀਆ ਸਟੋਰੀ ਸੀ. ਅਤੇ ਜਦੋਂ ਮੈਂ ਸੁਣੀ ਨਾ ਸਟੋਰੀ, ਮੈਨੂੰ ਲੱਗਿਆ ਕਿ ਮੈਂ ਬਹੁਤ ਰਿਲੇਟ ਕਰਦੀ ਹਾਂ ਇਸ ਕਰੈਕਟਰ ਦੇ ਨਾਲ, ਕਿ ਮੈਨੂੰ ਕੋਈ ਐਫਰਟਸ ਨਹੀਂ ਕਰਨੇ ਪੈਣਗੇ, ਇਹ ਤਾਂ ਮੈਂ ਹੀ ਹਾਂ. ਅਤੇ ਮੈਨੂੰ ਲੱਗਦਾ ਉਹ ਚੀਜ਼ ਸੀ. ਮਾੜੀ ਮੋਟੀ ਤਿਆਰੀ ਇਹਦੀ ਕਰਵਾਈ ਸੀਗੀ, ਮੱਝਾਂ ਮੁੱਝਾਂ ਵਾਲੇ ਘਰੇ ਭੇਜਿਆ ਇਹਨੂੰ, ਇਹਨੂੰ ਪਾਥੀਆਂ ਪੂਥੀਆਂ ਸਿਖਾਈਆਂ. ਇਹ ਦਿੱਲੀ ਬੋਰਨ ਹੈ ਨਾ, ਅਤੇ ਇਹਦੇ ਘਰੇ ਵੀ ਮਿਲਣਾ ਮੱਝਾਂ ਮੁੱਝਾਂ ਦਾ ਹੀ ਰੱਖੀ ਨਹੀਂ, ਇਹਨਾਂ ਦੇ ਕਲਚਰ ਹੈ ਨਹੀਂ, ਥੋੜ੍ਹਾ ਸ਼ਹਿਰੀ. ਰੋਟੀ ਥੱਪਣਾ ਉਹ ਸਾਰਾ ਮੈਨੂੰ ਤੰਦੂਰ ਤੰਦੂਰ ਤੇ ਭੇਜਿਆ ਇਹਨੂੰ, ਜਾਂ ਤੰਦੂਰੀ ਸਿੱਖਿਆ ਕਿ ਹਾਂ ਜਾਂ ਤੰਦੂਰ ਤੇ ਰੋਟੀ ਮੱਝਾਂ ਇਹਨਾਂ ਦੇ ਗੁਆਂਢ ਮੱਝਾਂ ਸੀ ਉੱਥੇ ਭੇਜਾ ਮੈਂ, ਜਾਂ ਇੱਧਰ ਗੋਹੇ ਨੂੰ ਹੱਥ ਲਾ ਪਾਥੀਆਂ ਪੱਤ ਕੇ ਆ. ਪਰ ਸ਼ੀ ਡਨ ਵੈਰੀ ਹਾਰਡ ਵਰਕ, ਅਤੇ ਇਹਨੇ 50% ਕੰਮ ਤਾਂ ਨਾ ਤੁਹਾਡਾ ਆਰਟਿਸਟ ਦਾ ਉਦੋਂ ਹੀ ਹੋ ਜਾਂਦਾ ਜਦੋਂ ਤੁਸੀਂ ਉਹਨੂੰ ਜੀਣਾ ਸ਼ੁਰੂ ਕਰ ਦਿੰਦੇ ਹੋ ਕਰੈਕਟਰ ਨੂੰ. ਹਾਂ, ਅਤੇ ਵੈਸੇ ਵੀ ਇਹਦੀ ਸਮਾਈਲ ਅਤੇ ਇਹਦਾ ਜਿਹੜਾ ਨੇਚਰ ਹੈ ਉਹ ਸੂਟ ਕਰਦਾ ਚੰਨੀ ਦੇ ਕਰੈਕਟਰ ਨੂੰ, ਜਿਹੜਾ ਬੇਸਿਕਲੀ ਇਹਨੂੰ ਲੈਣ ਦਾ ਕਾਰਨ ਸੀ. ਸੋ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂਗਾ ਵੀ ਹਾਂ ਵਾਕਈ ਇਹ ਚੰਨੀ ਇਹੀ ਹੋ ਸਕਦੀ ਸੀਗੀ, ਉਹ ਦੇਖ ਕੇ ਤੁਹਾਨੂੰ ਪਤਾ ਲੱਗ ਜੂਗਾ. ਸੋ ਸ਼ੀ ਡਨ ਅ ਗ੍ਰੇਟ ਜੋਬ. ਕੀ ਬਾਤ ਹੈ, ਸੋ ਤਾਰੀਫਾਂ ਹੋ ਰਹੀਆਂ ਨੇ ਫਿਲਮ ਦੇ ਵਿੱਚ. ਹੋਰ ਵੀ ਵੱਡੇ ਆਰਟਿਸਟ ਨੇ ਰਾਈਟ, ਚਾਹੇ ਰਾਜ ਮੈਮ ਹੋਣ, ਰਾਜ ਸਰ ਹੋਣ, ਅਮਨ ਸੂਤਾਰ ਨੇ, ਪ੍ਰਕਾਸ਼ ਸਰ ਨੇ, ਨਿਰਮਲ ਰਿਸ਼ੀ ਮੈਡਮ ਹੈ, ਰਾਈਟ? ਸੋ ਕੀ ਓਬਜ਼ਰਵ ਕੀਤਾ ਸੈੱਟ ਤੋਂ ਜਦੋਂ ਕੰਮ ਕਰ ਰਹੇ ਸੀਗੇ? ਹਰ ਆਰਟਿਸਟ ਤੋਂ, ਹਰ ਵੱਡੇ ਆਰਟਿਸਟ ਤੋਂ ਅਸੀਂ ਕੁਝ ਨਾ ਕੁਝ ਲੈ ਕੇ ਹੀ ਜਾਂਦੇ ਹਾਂ, ਕੁਝ ਨਾ ਕੁਝ ਸਿੱਖ ਕੇ ਹੀ ਜਾਂਦੇ ਹਾਂ. ਸੋ ਸੈੱਟ 'ਤੇ ਕਿਵੇਂ ਦਾ ਮਾਹੌਲ ਰਿਹਾ, ਅਤੇ ਕੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਹੋਰ ਆਰਟਿਸਟ ਤੋਂ ਓਬਜ਼ਰਵ ਕਰਕੇ ਸਿੱਖੀਆਂ ਨੇ? ਸਭ ਤੋਂ ਪਹਿਲਾਂ ਤਾਂ ਮੇਰੇ ਲਈ ਇਹ ਹੀ ਬਹੁਤ ਵੱਡੀ ਗੱਲ ਸੀ ਕਿ ਇੰਨੇ ਵਧੀਆ, ਇੰਨੇ ਵੱਡੇ ਆਰਟਿਸਟ ਨੇ, ਉਹਨਾਂ ਨੂੰ ਇੰਨਾ ਐਕਸਪੀਰੀਅੰਸ ਹੈ, ਉਹਨਾਂ ਨੇ ਇੰਨਾ ਵਧੀਆ ਲਈ ਕੰਮ ਕੀਤਾ, ਉਹਨਾਂ ਦੇ ਨਾਲ ਮੈਨੂੰ ਜੇ ਸਕਰੀਨ ਸ਼ੇਅਰ ਕਰਨ ਦਾ ਮੌਕਾ ਮਿਲ ਰਿਹਾ, ਮੈਨੂੰ ਲੱਗਦਾ ਉਹ ਵੀ ਮੇਰੇ ਲਈ ਬਹੁਤ ਵੱਡੀ ਗੱਲ ਸੀ. ਅਤੇ ਓਬਜ਼ਰਵ ਕਰਨਾ, ਮੈਂ ਨਾ ਕੋਨੇ 'ਤੇ ਬਹਿ ਕੇ ਜਦੋਂ ਮੇਰਾ ਸੀਨ ਨਹੀਂ ਹੁੰਦਾ ਸੀ, ਮੈਂ ਦੇਖਦੀ ਰਹਿੰਦੀ ਸੀ ਸਭ ਨੂੰ ਓਬਜ਼ਰਵ ਕਰਦੀ ਸੀ ਕਿ ਕੌਣ ਕੀ ਕਰ ਰਿਹਾ. ਇਹ ਨਹੀਂ ਕਿ ਸਿਰਫ ਨਿਰਮਲ ਮੈਮ ਨੂੰ ਜਾਂ ਰਾਜ ਧਾਲੀਵਾਲ ਮੈਮ ਨੂੰ, ਰਾਜਿੰਦਰ ਨੂੰ ਵੀ, ਇਹਨਾਂ ਵਿਕਰਮ ਜੀ ਨੂੰ ਵੀ, ਕਿਉਂਕਿ ਉਹਨਾਂ ਦੇ ਸਟੂਡੈਂਟ ਰਹੇ ਨੇ ਨਿਰਮਲ ਰਿਸ਼ੀ ਮੈਮ ਦੇ. ਅਤੇ ਮੈਂ ਇਹਨਾਂ ਕੋਲ ਵੀ ਜਾਂਦੀ ਸੀ, ਮੈਨੂੰ ਦੱਸ ਦਿਉ ਮੈਂ ਕਿੱਦਾਂ ਕਰਾਂ, ਠੀਕ ਆ ਮੈਂ ਠੀਕ ਕਰ ਰਹੀ ਹਾਂ, ਕੁਝ ਗਲਤ ਤਾਂ ਨਹੀਂ, ਮਤਲਬ ਇਹ ਮੈਂ ਪੁੱਛਦੀ ਰਹਿੰਦੀ ਸੀ. ਅਤੇ ਮੈਨੂੰ ਲੱਗਦਾ ਬੰਦਾ ਜਦੋਂ ਇਸ ਕੰਮ 'ਚ, ਇਸ ਫੀਲਡ 'ਚ ਅਸੀਂ ਕੰਮ ਕਰਦੇ ਤਾਂ ਹਰ ਦਿਨ ਸਿੱਖਦੇ ਹਾਂ, ਹਰ ਦਿਨ ਕੁਝ ਸਿੱਖਣ ਨੂੰ ਮਿਲਦਾ. ਅਤੇ ਉਹ ਜਿਹੜੀ ਸਿੱਖਣ ਵਾਲੀ ਸਟੇਜ ਆ ਉਹ ਕਦੀ ਮੁੱਕਦੀ ਨਹੀਂ. ਬਿਲਕੁਲ, ਉਹ ਮੁਕਾਉਣੀ ਵੀ ਨਹੀਂ ਚਾਹੀਦੀ ਹੈਗੀ. ਸੋ ਤੁਸੀਂ ਜਿਵੇਂ ਸਟੂਡੈਂਟ ਰਹੇ ਹੋ ਮੈਮ, ਤਾਂ ਤੁਸੀਂ ਕਾਨਫਰੰਸ 'ਚ ਵੀ ਦੱਸ ਰਹੇ ਸੀ ਵੀ ਉਹਨਾਂ ਨੇ ਕਿਹਾ ਸੀ ਐਕਟਿੰਗ ਤੁਹਾਨੂੰ ਕੋਈ ਸਿਖਾ ਨਹੀਂ ਸਕਦਾ. ਸੋ ਵਾਟ ਡੂ ਯੂ ਥਿੰਕ ਕਿ ਕਿੱਦਾਂ ਐਕਸਪੀਰੀਅੰਸ ਦੇ ਨਾਲ ਇੱਕ ਆਰਟਿਸਟ ਗਰੋ ਕਰਦਾ ਆ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹਦੇ ਲਈ ਪੋਜ਼ਿਟਿਵ ਹੁੰਦੀਆਂ ਨੇ? ਸਭ ਤੋਂ ਪਹਿਲਾਂ ਤਾਂ ਇੱਕ ਆਰਟਿਸਟ ਨੂੰ ਖੁਦ ਪੋਜ਼ਿਟਿਵ ਹੋਣਾ ਚਾਹੀਦਾ. ਦੇਖੋ ਉਤਾਰ ਚੜ੍ਹਾਅ ਹਰੇਕ ਕੰਮ ਦੇ ਵਿੱਚ ਆਉਂਦੇ ਨੇ, ਤੁਹਾਨੂੰ ਬਹੁਤ ਸਾਰੀ ਨਿਊਜ਼ ਸੁਣਨੀਆਂ ਪੈਂਦੀਆਂ, ਨਾ ਸੁਣਨੀ ਪੈਂਦੀ ਆ, ਉਹਦੇ ਤੋਂ ਹਤਾਸ਼ ਨਹੀਂ ਹੋਣਾ ਚਾਹੀਦਾ. ਲੱਗੇ ਰਹੋ, ਅਗਰ ਤੁਸੀਂ ਲਾਈਨ 'ਚ ਲੱਗੇ ਹੋ ਤਾਂ ਆਊਗਾ. ਨੰਬਰ 2, ਆਪਣੇ ਆਪ ਨੂੰ ਪੋਲਿਸ਼ ਕਰਦੇ ਰਹੋ, ਚੰਗੇ ਲੋਕਾਂ ਦੀਆਂ ਚੰਗੀਆਂ ਫਿਲਮਾਂ ਦੇਖੋ, ਚੰਗੀਆਂ ਬਾਇਓਪਿਕਸ ਸੁਣੋ, ਲੋਕਾਂ ਦੇ ਐਕਸਪੀਰੀਅੰਸ ਨੇ ਜਿਹੜੇ ਉਹਨਾਂ ਨੇ, ਅੱਜ ਕੱਲ੍ਹ ਤਾਂ ਬਹੁਤ ਸੌਖਾ ਹੈ ਯੂਟਿਊਬ, ਹੋਰ ਚੀਜ਼ਾਂ ਸ਼ੇਅਰ ਕਰੋ ਤਾਂ ਤੁਹਾਨੂੰ ਪਤਾ ਲੱਗੂ ਵੀ ਤੁਹਾਡੇ ਨਾਲ ਤਾਂ ਇਹੋ ਜਿਹਾ ਕੁਛ ਹੋਇਆ ਵੀ ਨਹੀਂ ਜਿਹੜਾ ਉਹਨਾਂ ਲੋਕਾਂ ਨੇ ਝੱਲਿਆ, ਉਹ ਚੀਜ਼ਾਂ ਤੁਹਾਨੂੰ ਸਟਰੋਂਗ ਕਰਦੀਆਂ ਨੇ. ਸੋ ਸਭ ਤੋਂ ਪਹਿਲਾਂ ਤਾਂ ਥੈਂਕਸ ਯੂਅਰ ਸੈਲਫ ਵੀ ਤੁਸੀਂ ਟਿਕੇ ਹੋਏ ਹੋ, ਤੁਸੀਂ ਮਿਹਨਤ ਕਰ ਰਹੇ ਹੋ, ਡਟੇ ਹੋ. ਸਭ ਤੋਂ ਪਹਿਲਾਂ ਆਪਣੇ ਆਪ ਨੂੰ ਐਪਰੀਸ਼ੀਏਟ ਕਰੋ. ਐਂਡ ਦੈਨ ਜਿਹੜੇ ਤਜਰਬੇਕਾਰ ਲੋਕ ਨੇ, ਅਗਰ ਕਿਤੇ ਕੰਮ ਚੱਲ ਰਿਹਾ ਜਾਂ ਕੋਈ ਗੱਲ ਦੱਸ ਰਿਹਾ, ਆਰਾਮ ਨਾਲ ਬੈਠ ਕੇ ਸੁਣੋ. ਤਜਰਬਾ ਜਿੰਨਾ ਤੁਸੀਂ ਬੁੱਕਸ ਤੋਂ, ਫਿਲਮਾਂ ਤੋਂ, ਲਿਟਰੇਚਰ ਤੋਂ ਜਿੰਨਾ ਤੁਸੀਂ ਲੈ ਸਕਦੇ ਹੋ ਲਓ, ਹੈ ਨਾ. ਅਤੇ ਚਲੋ, ਮੈਂ ਤਾਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਮੈਮ ਨਿਰਮਲ ਰਿਸ਼ੀ ਕਿਉਂਕਿ ਗੁਰੂ ਮਿਲੇ ਨੇ, ਹੈ ਨਾ, ਜਿਨ੍ਹਾਂ ਨੇ 2.4 ਗੱਲਾਂ ਸਿਖਾਤੀਆਂ ਸੀ. ਬਹੁਤ ਜ਼ਿਆਦਾ ਸਾਨੂੰ ਮਤਲਬ ਘੋਲ ਕੇ ਪਾਉਣ ਦੀ ਲੋੜ ਨਹੀਂ ਪਈ, ਬਾਕੀ ਘੋਲ ਕੇ ਤੁਸੀਂ ਪਾ ਵੀ ਨਹੀਂ ਸਕਦੇ ਕਿਸੇ ਦਿਮਾਗ 'ਚ, ਚਾਹੇ ਉਹ ਐਕਟਿੰਗ ਹੈ, ਚਾਹੇ ਉਹ ਪੜ੍ਹਾਈ ਹੈ, ਚਾਹੇ ਕੋਈ ਕੰਮ ਹੈ. ਸੋ ਐਕਸਪੀਰੀਅੰਸ ਦੇ ਨਾਲ ਹੀ ਆਉਂਦਾ, ਕੰਮ ਕਰਦੇ ਰਹੋ, ਤੁਸੀਂ ਕਦੇ ਵਿਹਲੇ ਨਹੀਂ ਹੁੰਦੇ. ਅਗਰ ਤੁਹਾਡੇ ਕੋਲ ਫਿਲਮਾਂ ਨਹੀਂ ਹੈਗੀਆਂ ਨਾ, ਤਾਂ ਤੁਹਾਡਾ ਹੋਮਵਰਕ ਬਣਦਾ ਕਿ ਫਿਲਮਾਂ ਦੇਖੋ, ਪੜ੍ਹੋ, ਹੈ ਨਾ, ਲੋਕਾਂ ਦੀਆਂ ਇੰਟਰਵਿਊਜ਼ ਸੁਣੋ. ਤੁਸੀਂ ਨਵਾਜ਼ ਸਰ ਹੋ ਗਿਆ, ਇਰਫਾਨ ਸਰ ਹੋ ਗਿਆ, ਆਪਣੇ ਨਸਰੂਦੀਨ ਜੀ ਹੋ ਗਏ, ਅਨੁਪਮ ਖੇਰ ਸਰ ਹੋ ਗਏ, ਮੈਂ ਇਹਨਾਂ ਲੋਕਾਂ ਨੂੰ ਸੁਣਦਾ, ਹੈ ਨਾ. ਜੇ ਤੁਸੀਂ ਇਹਨਾਂ ਲੋਕਾਂ ਨੂੰ ਸੁਣੋਗੇ, ਤੁਹਾਨੂੰ ਪਤਾ ਲੱਗੂਗਾ ਕਿ ਅਸਲ ਕੀ ਹੈ. ਫਿਲਮਾਂ ਜ਼ਿੰਦਗੀ ਹੁੰਦੀਆਂ ਨੇ, ਐਕਟਿੰਗ ਜ਼ਿੰਦਗੀ ਹੁੰਦੀ ਹੈ. ਬੇਸਿਕਲੀ ਮੇਰੇ ਹਿਸਾਬ ਨਾਲ ਐਕਟਿੰਗ ਕੀ ਹੁੰਦੀ ਹੈ ਕਿ ਤੁਸੀਂ ਐਕਟਿੰਗ ਨਾ ਕਰੋ, ਉਹ ਐਕਟਿੰਗ ਹੁੰਦੀ ਆ. ਤੁਸੀਂ ਕੈਮਰੇ ਮੂਹਰੇ ਐਕਟਿੰਗ ਨਾ ਕਰੋ, ਲੋਕ ਇੱਕ ਵਰਡ ਤੁਹਾਡੇ ਲਈ ਯੂਜ਼ ਕਰਦੇ ਨੇ ਕਿ ਉਹਨੇ ਬਹੁਤ ਅੱਛਾ ਐਕਟ ਕੀਤਾ. ਐਕਟਰ ਐਕਟਿੰਗ ਕਰੂਗਾ ਤਾਂ ਫੜਿਆ ਜਾਊਗਾ ਕੈਮਰਾ. ਕੈਮਰਾ ਬੜੀ ਵੱਡੀ ਚੀਜ਼ ਹੈ. ਸੋ ਬੀ ਕਰੈਕਟਰ, ਬੀ ਡਾਇਰੈਕਟਰ ਸੈਕਟਰ, ਸਭ ਤੋਂ ਵੱਡੀ ਗੱਲ. ਤੁਸੀਂ ਜਿੱਡੇ ਮਰਜ਼ੀ ਐਕਸਪੀਰੀਅੰਸਡ ਹੋ ਜਾਓ, ਤੁਸੀਂ ਜਿੱਡੇ ਮਰਜ਼ੀ ਵੱਡੇ ਕਲਾਕਾਰ ਹੋ ਜਾਓ, ਡਾਇਰੈਕਟਰ 'ਤੇ ਵਿਸ਼ਵਾਸ ਰੱਖੋ, ਆਪਣੀ ਟੀਮ 'ਤੇ ਵਿਸ਼ਵਾਸ ਰੱਖੋ. ਬੀ ਆ ਐਕਟਰ ਆਫ ਯੂਅਰ ਡਾਇਰੈਕਟਰ. ਸੋ ਚੀਜ਼ਾਂ ਸਿੱਖੋ. ਸਿਰਫ ਐਕਟਿੰਗ ਹੀ ਇਕੱਲੀ ਕੁਛ ਨਹੀਂ ਹੁੰਦੀ ਮੇਰੇ ਹਿਸਾਬ ਦੇ ਨਾਲ, ਉਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਸਿੱਖਣੀਆਂ ਪੈਂਦੀਆਂ, ਅਤੇ ਉਹਦੇ ਲਈ ਤੁਹਾਡੇ ਕੋਲ ਸਭ ਤੋਂ ਵਧੀਆ ਟਾਈਮ ਉਹੀ ਹੁੰਦਾ ਜਦੋਂ ਤੁਹਾਡੇ ਕੋਲ ਕੰਮ ਨਹੀਂ ਹੁੰਦਾ. ਐਗਜੈਕਟਲੀ, ਜਦੋਂ ਕੋਲ ਕੰਮ ਹੁੰਦਾ ਫਿਰ ਤਾਂ ਤੁਹਾਡੇ ਕੋਲ ਟਾਈਮ ਹੀ ਨਹੀਂ ਹੈਗਾ.
ਫਿਰ ਵੀ ਤੁਹਾਡੇ ਕੋਲ ਟਾਈਮ ਹੁੰਦਾ ਕਿਸੇ ਵੀ ਚੀਜ਼ ਦਾ, ਫਿਰ ਤਾਂ ਡੇਟਸ ਯੇ ਵਾ, ਹੁਣ ਕਿਰਪਾ ਵਾਹਿਗੁਰੂ ਦੀ। ਸੋ ਮੇਰੇ ਕੰਮ ਉਹੀ ਚੀਜ਼ਾਂ ਆ ਰਹੀਆਂ ਜੋ ਮੈਂ ਵਿਹਲੇ ਟਾਈਮ 'ਚ ਸਿੱਖੀਆਂ ਨੇ। ਸੋ ਸੋਸ਼ਲ ਮੀਡੀਆ ਦਾ ਦੌਰ ਹੈਗਾ ਹੈ ਅੱਜ ਕੱਲ੍ਹ, ਤਾਂ ਸੋਸ਼ਲ ਮੀਡੀਆ ਵੀ ਬੜਾ ਪਾਪੂਲਰ ਆ। ਚਲੋ ਜਦੋਂ ਆਰਟਿਸਟ ਫਿਲਮਾਂ 'ਤੇ ਨਹੀਂ ਹੁੰਦਾ ਅਤੇ ਰੀਲਸ ਯੇ ਵੋ ਸਾਰਾ ਕੁਛ ਬਹੁਤ ਚੱਲਦਾ ਆ, ਸੋ ਇਸ ਟ੍ਰੈਂਡ ਦਾ ਤੁਹਾਨੂੰ ਕੀ ਲੱਗਦਾ ਆ ਵੀ ਇੱਕ ਐਕਟਰ ਦੀ ਲਾਈਫ 'ਤੇ ਕੀ ਇਫੈਕਟ ਹੁੰਦਾ ਆ, ਪੋਜ਼ੀਟਿਵਲੀ ਔਰ ਨੈਗੇਟਿਵਲੀ ਦੋਨੋਂ ਚੀਜ਼ਾਂ? ਦੇਖੋ ਜੀ, ਕਿਹੜੀ ਚੀਜ਼ ਕਿਸ ਬੰਦੇ 'ਤੇ ਕੀ ਇਫੈਕਟ ਪਾਉਂਦੀ ਆ, ਇਹ ਸਮਾਂ ਡਿਸਾਈਡ ਕਰਦਾ ਅਤੇ ਜਾਂ ਉਹ ਕੰਮ ਡਿਸਾਈਡ ਕਰਦਾ ਜਿਹੜਾ ਉਹ ਕਰ ਰਿਹਾ ਹੁੰਦਾ, ਹੈ ਨਾ। ਜਿਸ ਤਰ੍ਹਾਂ ਰੀਲਸ ਵਗੈਰਾ ਮੈਨੂੰ ਬਣਾਉਣੀਆਂ ਨਹੀਂ ਆਉਂਦੀਆਂ, ਮੇਰੇ ਤੋਂ ਬਣਦੀਆਂ, ਮੈਨੂੰ ਸੰਗ ਆ ਜਾਂਦੀ ਹੈ, ਹੈ ਨਾ। ਪਰ ਤੁਸੀਂ ਮੈਨੂੰ ਕੈਮਰੇ ਮੂਹਰੇ ਛੱਡੋ, ਫਿਰ ਵਾਹਿਗੁਰੂ ਦੀ ਕਿਰਪਾ ਨਾਲ ਫਿਰ ਬੱਲੇ ਬੱਲੇ, ਹੈ ਨਾ। ਹਰੇਕ ਦੇ ਕੋਜ਼ੋਨਰ ਆ, ਜਿਹੜੇ ਮੁੰਡੇ ਰੀਲਸ ਬਣਾਉਂਦੇ ਨੇ, ਮਿਹਨਤ ਕਰਦੇ ਨੇ, ਸਾਰੇ ਐਪਰੀਸ਼ੀਏਟਡ ਬੰਦੇ ਨੇ। ਜੇ ਅੱਜ ਕੋਈ ਕਿਤੇ ਬਹੁਤ ਸਾਰੇ ਲਾਈਕਸ ਜਾਂ ਕੋਈ ਯੂਟਿਊਬ ਤੋਂ ਪੈਸਾ ਕਮਾ ਰਿਹਾ ਜਾਂ ਕਿਤੇ ਕਿਸੇ ਮੁਕਾਮ 'ਤੇ ਪਹੁੰਚੇ, ਉਸ ਬੰਦੇ ਨੇ ਬਹੁਤ ਮਿਹਨਤ ਕੀਤੀ ਹੈ। ਉਹ ਅੱਜ ਹੀ ਸਕਰੀਨ 'ਤੇ ਨਹੀਂ ਆਇਆ, ਉਹਦੀ ਬੈਕਗਰਾਊਂਡ ਖੋਲ ਕੇ ਪਤਾ ਨਹੀਂ ਵਿਚਾਰੇ ਨੂੰ ਕਿੰਨੇ ਸਾਲ ਹੋ ਗਏ ਲੱਗੇ ਨੂੰ। ਸੋ ਜਿਹੜਾ ਜਿਸ ਫੀਲਡ 'ਚ ਮਿਹਨਤ ਕਰ ਰਿਹਾ ਉਹ ਪੋਜ਼ੀਟਿਵ ਹੈ, ਅਤੇ ਨੈਗੇਟਿਵ ਸਿਰਫ ਉਸ ਬੰਦੇ ਲਈ ਹੁੰਦਾ ਜਿਹੜਾ ਵਿੱਚੋਂ ਛੱਡਦਾ, ਜਿਹੜਾ ਆਪਣੇ ਆਪ ਨੂੰ ਹਾਰ ਮੰਨ ਲੈਂਦਾ, ਆਪਣੀ ਹਾਰ ਮੰਨ ਲੈਂਦਾ, ਉਹ ਹਾਰਦਾ, ਉਹ ਨੈਗੇਟਿਵ ਆ। ਹੋਰ ਕੋਈ ਨੈਗੇਟਿਵ ਨਹੀਂ, ਕੋਈ ਪੋਜ਼ੀਟਿਵ ਨਹੀਂ। ਪਰਮਾਤਮਾ ਨੇ ਹਰ ਸਮੇਂ ਦੌਰ ਬਦਲਦੇ ਜਾਂਦੇ ਨੇ। ਕੀ ਨਹੀਂ ਸੋਚਿਆ ਸੀਗਾ ਲੋਕਡਾਊਨ ਤੋਂ ਬਾਅਦ ਸਿਨੇਮੇ ਦਾ ਆਹ ਰੂਪ ਹੋ ਜੂਗਾ? ਕਦੇ ਤੁਸੀਂ ਜ਼ਿੰਦਗੀ 'ਚ ਸੋਚਿਆ ਸੀ ਵੀ ਸਾਨੂੰ ਘਰ ਬਹਿਣਾ ਪੈ ਜੂਗਾ? ਤਾਂ ਫਿਰ ਹਾਓ ਕੈਨ ਯੂ ਪਲੈਨ ਐਨੀਥਿੰਗ, ਹੈ ਨਾ। ਵੀ ਘਾਹ ਉੱਗ ਗਈ ਸੀ ਗੱਡੀਆਂ ਦੇ ਟਾਇਰਾਂ ਥੱਲੇ, ਇਸ ਤੋਂ ਵੱਡੀ ਤੁਸੀਂ ਕੀ ਮਤਲਬ? ਡੂ ਯੂਰ ਹਾਰਡ ਵਰਕ, ਹੈ ਨਾ, ਬੀ ਓਨੈਸਟ ਆਪਣੇ ਕੰਮ ਨਾਲ, ਆਪਣੀ ਟੀਮ ਨਾਲ, ਬਾਕੀ ਸਭ ਕੁਝ ਠੀਕ ਹੈ, ਕੁਛ ਨੈਗੇਟਿਵ ਪੋਜ਼ਿਟਿਵ ਨਹੀਂ ਹੁੰਦਾ ਹੈ। ਅੱਛਾ, ਤੁਹਾਨੂੰ ਅਸੀਂ ਗਾਣਿਆਂ 'ਚ ਦੇਖਿਆ ਹੈ, ਟੀਵੀ ਸਕਰੀਨ 'ਚ ਦੇਖਿਆ, ਟੀਵੀ ਸਕਰੀਨ ਤੋਂ ਇਹ ਬਿਗ ਸਕਰੀਨ ਤੱਕ ਦੇ ਸਫ਼ਰ ਨੂੰ ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਲੱਗਦਾ ਹੈ, ਮਤਲਬ ਜਿਹੜੇ ਸੌਂਗਸ 'ਚ ਜਿਹੜੇ ਮਾਡਲਿੰਗ ਕਰਦੇ ਨੇ ਉਹਨਾਂ ਨੂੰ ਲੱਗਦਾ ਕਿ ਮਾਡਲਸ ਐਕਟਿੰਗ ਨਹੀਂ ਕਰ ਸਕਦੇ। ਸਭ ਤੋਂ ਬੜਾ ਜਿਹੜਾ ਮਿਥ ਹੈ ਨਾ, ਜਿਹੜਾ ਮਿਥ ਹੈ ਨਾ ਇੰਡਸਟਰੀ ਦਾ, ਮੈਨੂੰ ਲੱਗਦਾ ਹੈ ਇਹ ਪਤਾ ਨਹੀਂ, ਮੈਨੂੰ ਨਹੀਂ ਪਤਾ ਕਦੋਂ ਇਹ ਜਾ ਕੇ ਲਾਈਕ ਟੁੱਟੂਗਾ ਜਾਂ ਲੋਕਾਂ 'ਚ ਜਿਹੜੀ ਸੋਚ ਆ ਉਹ ਚੇਂਜ ਹੋਊਗੀ। ਬਟ ਇਹ ਸੋਚ ਹੈਗੀ ਆ ਕਿ ਉਹ ਮਾਡਲ ਨਹੀਂ ਉਹਨੂੰ ਨਹੀਂ ਲੈਣਾ, ਉਹਦੇ ਤੋਂ ਕਿੱਥੋਂ ਐਕਟਿੰਗ ਹੋ ਜੂਗੀ? ਅਤੇ ਮੈਨੂੰ ਯਾਦ ਹੈ ਮੈਨੂੰ ਕਿਸੇ ਨੇ ਕਿਹਾ ਸੀ ਕਿ ਬੋਲ ਕੇ ਐਕਟਿੰਗ ਕਰਨਾ ਜ਼ਿਆਦਾ ਈਜ਼ੀ ਹੁੰਦਾ ਹੈ ਆਪਣੇ ਸਾਨੂੰ ਬੋਲਣ ਦੇ ਨਾਲ ਆਟੋਮੈਟਿਕਲੀ ਐਕਸਪ੍ਰੈਸ਼ਨਸ ਆਉਂਦੇ ਨੇ, ਅਤੇ ਜਿਹੜਾ ਅਸੀਂ ਸੌਂਗ 'ਚ ਕਰਦੇ ਨਾ ਬਿਨਾਂ ਬੋਲੇ ਅਸੀਂ ਉਹ ਗੱਲ ਦੱਸਣੀ ਹੈ ਨਾ, ਉਹ ਐਕਸਪ੍ਰੈਸ਼ਨਸ ਹੁੰਦੇ ਨੇ ਅਤੇ ਬਿਨਾਂ ਬੋਲੇ ਵੀ ਸਾਨੂੰ ਦੱਸਣਾ ਪੈਂਦਾ। ਅਤੇ ਮੈਨੂੰ ਲੱਗਦਾ ਉਹ ਵੀ ਇੱਕ ਐਪਰੀਸ਼ੀਏਟਡ ਜੋਬ ਆ, ਉਹਨੂੰ ਵੀ ਐਪਰੀਸ਼ੀਏਟ ਕਰਨਾ ਚਾਹੀਦਾ। ਅਤੇ ਜੇ ਬੰਦਾ ਸੱਚੀ ਵਧੀਆ ਐਕਟਰ ਹੈ ਤਾਂ ਹੀ ਤੁਹਾਨੂੰ ਕੰਮ ਮਿਲਦਾ, ਉੱਦਾਂ ਦਾ ਬਹੁਤ ਸਾਰੇ ਐਕਟਰਸ ਜਿੱਦਾਂ ਕੰਮ ਵੀ ਨਹੀਂ ਮਿਲਦਾ। ਅਤੇ ਮੈਨੂੰ ਲੱਗਦਾ ਤੁਸੀਂ ਬਸ ਆਪਣਾ ਹਾਰਡ ਵਰਕ ਕਰਦੇ ਰਹੋ, ਕੋਈ ਕੀ ਕਹਿੰਦੇ ਸਭ ਨਾ ਸੋਚੋ। ਬਟ ਹਾਂ, ਜਿਹੜਾ ਇਹ ਮਿਥ ਹੈ ਥੋੜ੍ਹਾ ਮੈਨੂੰ ਲੱਗਦਾ ਟੁੱਟਣਾ ਚਾਹੀਦਾ। ਤੁਹਾਨੂੰ ਕੀ ਲੱਗਦਾ, ਟੁੱਟ ਜੂਗਾ? ਹਾਂ, ਟੁੱਟ ਜੂਗਾ। ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਕਿ ਹਰੇਕ ਬੰਦਾ ਫੇਲ ਨਹੀਂ ਹੁੰਦਾ ਤਾਂ ਹਰੇਕ ਬੰਦਾ ਪਾਸ ਵੀ ਨਹੀਂ ਹੁੰਦਾ। ਕੀ ਹੈ ਕਿ ਲੋਕ ਪੁਰਾਣੇ ਐਕਸਪੀਰੀਅੰਸ ਤੋਂ ਸਿੱਖਦੇ ਆ, ਤੂੰ ਵਧੀਆ ਕੰਮ ਕੀਤਾ, ਇਹ ਵਾਹਿਗੁਰੂ ਦੀ ਕਿਰਪਾ ਤੇਰੇ 'ਤੇ। ਪਰ ਕਈ ਲੋਕਾਂ ਨੂੰ ਚਾਂਸ ਮਿਲਿਆ, ਉਹਨਾਂ ਨੇ ਵਧੀਆ ਕੰਮ ਨਹੀਂ ਕੀਤਾ, ਔਨ ਸਕਰੀਨ ਉਹ ਪ੍ਰੂਫ ਪਏ ਨੇ ਕਿ ਇਹ ਲੋਕ ਵਧੀਆ ਕੰਮ ਨਹੀਂ ਕਰ ਪਾਏ, ਉਹ ਐਕਸਪੀਰੀਅੰਸ ਅਗਲੇ ਗੈਟ ਕਰਕੇ ਬੋਲਦੇ ਆ ਨਾ। ਬਟ ਵੈਨ ਯੂ ਵਿਲ ਗੈਟ ਦਾ ਚਾਂਸ, ਡੂ ਯੂਅਰ ਬੈਸਟ, ਹਿੱਟ ਹਾਰਡ, ਤੁਹਾਨੂੰ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਜਦੋਂ ਵਧੀਆ ਕੰਮ ਕਰੋਗੇ, ਹੋ ਸਕਦਾ ਤੁਹਾਨੂੰ ਦੇਖ ਕੇ ਅਗਲਾ ਹੋਰ ਚਾਰ ਬੰਦਿਆਂ ਨੂੰ ਚਾਂਸ ਦੇਵੇ, ਯਾਰ ਮੋਲੀ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ, ਆਪਾਂ ਉਸ ਮਾਡਲ ਨੂੰ ਵੀ ਲੈਂਦੇ ਹਾਂ। ਸੋ ਤੁਸੀਂ ਨਾ ਬਣੋ, ਕੀ ਕਹਿੰਦੇ ਹੁੰਦੇ ਜਿਹੜੇ ਕਿਸੇ ਦੀ ਇੰਸਪੀਰੇਸ਼ਨਸ ਲਾਈਕ, ਹੈ ਨਾ, ਵੀ ਉਹ ਚੀਜ਼ ਬਣੋ, ਤੁਸੀਂ ਆਪਣਾ ਕੰਮ ਹਿੱਟ ਕਰੋ। ਹਰ ਬੰਦਾ ਨਹੀਂ ਵਧੀਆ ਕੰਮ ਕਰ ਪਾਉਂਦਾ, ਜੋ ਲੋਕ ਬੋਲਦੇ ਨੇ ਸੱਚ ਹੀ ਹੁੰਦਾ, 50% ਤਾਂ ਸੱਚ ਹੁੰਦਾ ਹੀ ਹੈ, ਚਲੋ 50% ਝੂਠ ਹੈ, ਸੋ ਨਹੀਂ ਕਰ ਪਾਉਂਦੇ। ਸਿੰਗਰਸ ਕਿੰਨੇ ਹੁਣ, ਹਰੇਕ ਬੰਦਾ ਦਿਲਜੀਤ ਜਾਂ ਗਿੱਪੀ ਬਾਈ ਨਹੀਂ ਬਣ ਸਕਦਾ, ਐਕਟਿੰਗ ਵੀ ਨਹੀਂ ਆਉਂਦੀ। ਸੌਂਗਸ 'ਚ ਵੀ ਮੈਂ ਜਦੋਂ ਦੇਖਦੀ ਹਾਂ ਕੁੜੀਆਂ ਤਾਂ ਹੁੰਦੇ ਨਹੀਂ, ਉਹ ਐਕਸਪ੍ਰੈਸ਼ਨਸ ਵੀ ਨਹੀਂ ਦੇ ਪਾਉਂਦੀਆਂ, ਇਹ ਰਿਐਲਿਟੀ ਆ। ਹਾਂ, ਐਕਚੁਅਲੀ ਇਹ ਇਨਫਲੂਐਂਸਰਸ ਨੂੰ ਵੀ ਬਹੁਤ ਮੌਕਾ, ਫੋਲੋਅਰਸ ਦੇ ਕੇ ਬਹੁਤ ਕੰਮ ਮਿਲਦਾ। ਇਹ ਚੀਜ਼ ਮੈਨੂੰ ਬਹੁਤ ਗਲਤ ਲੱਗਦੀ ਹੈ, ਮੈਂ ਨਹੀਂ ਮੰਨਦੀ। ਠੀਕ ਆ, ਮਿਹਨਤ ਆ, ਜਿਹੜੇ ਬਹੁਤ ਜ਼ਿਆਦਾ ਜਿਨ੍ਹਾਂ ਦੇ ਜਿਹੜੇ ਯੂਟਿਊਬਰਸ ਨੇ ਉਹ ਬਹੁਤ ਟਾਈਮ ਤੋਂ ਲੱਗੇ ਹੋਏ ਨੇ, ਉਹਨਾਂ ਦੀ ਹਾਰਡਵਰਕ ਆ, ਉਹ ਅਲੱਗ ਫੀਲਡ ਹੈ। ਜਿਹੜੇ 15 ਸੈਕਿੰਡਸ ਦੀ ਰੀਲ 'ਤੇ ਤੁਸੀਂ ਐਕਟ ਕਰਕੇ, ਮੈਨੂੰ ਨਹੀਂ ਲੱਗਦਾ ਕਿ ਤੁਸੀਂ ਐਕਟਰ ਬਣ ਗਏ, ਉਹਨਾਂ ਨੂੰ ਲੱਗਦਾ ਕਿ ਅਸੀਂ ਐਕਟਰ ਆ, ਉਹਨਾਂ ਨੂੰ ਇੰਨਾ ਜ਼ਿਆਦਾ ਪੇ ਕੀਤਾ ਜਾਂਦਾ। ਮੈਨੂੰ ਨਹੀਂ ਲੱਗਦਾ ਸ਼ਾਇਦ ਮੇਰੀ ਲਾਈਫ 'ਚ ਮੈਨੂੰ ਕਦੇ ਲਾਈਕ ਸੌਂਗ ਕਰਨ ਦਾ ਮੈਨੂੰ 1 ਲੱਖ ਰੁਪਇਆ ਮਿਲਿਆ ਹੋਊਗਾ, ਉਹਨਾਂ ਨੂੰ ਮਿਲਦਾ ਆ, ਅਤੇ ਉਹਨਾਂ ਨੂੰ ਐਕਟਿੰਗ ਸਟੋਰੀ ਪਾਉਣ ਦੇ ਵੀ ਮਿਲਦੇ ਨੇ, 10-10 ਵੀ ਵੀ ਹਾਂਜੀ ਸਟੋਰੀ ਪਾਉਣ ਦੇ ਮਿਲਦੇ ਨੇ। ਪਤਾ ਐਕਚੁਲੀ ਕੀ ਹੈ ਨਾ ਗੱਲ, ਪਤਾ ਕੀ ਹੈ, ਜਦੋਂ ਡਾਇਰੈਕਟਰ ਟੀਮ ਜਾਂ ਇਹਨਾਂ ਸਾਰਿਆਂ ਨੂੰ ਆਪਣੀ ਕੈਪੇਬਿਲਿਟੀ 'ਤੇ ਭਰੋਸਾ ਨਹੀਂ ਹੁੰਦਾ, ਤਾਂ ਉਹ ਬਣਿਆ ਬਣਾਇਆ ਪਕਵਾਨ ਕੋਸ਼ਿਸ਼ ਕਰਦੇ ਆ ਕਿ ਸਾਰਾ ਕੁਛ ਬਣਿਆ ਬਣਾਇਆ ਆ ਜੇ, ਆਪਾਂ ਇਹਦੇ ਪੇਜ 'ਤੇ ਪਊਗਾ, ਇਹਦੇ ਇੰਨੇ ਫੋਲੋਅਰਸ ਨੇ, ਆਪਣੇ ਆਪ ਸਾਰਾ ਕੁਛ ਹੋ ਜਾਊ, ਮੈਂ ਵੀ ਹਿੱਟ ਹੋ ਜਾਊਂਗਾ। ਸੋ ਉੱਥੇ ਉਹ ਚੀਜ਼ਾਂ ਮਾਇਨੇ ਰੱਖਦੇ, ਨਹੀਂ ਤਾਂ ਕਈ ਹੈਗੇ ਨੇ ਸਿਰੜ ਡਾਇਰੈਕਟਰ ਸਾਡੇ ਰੋਇਲ ਸਿੰਘ ਵਰਗੇ, ਉਹ ਕਰਦੇ ਹੀ ਨਹੀਂ ਕੰਮ, ਉਹ ਕਹਿੰਦਾ ਮੈਂ ਤਾਂ ਟੈਲੈਂਟਡ ਬੰਦੇ ਨਾਲ ਕੰਮ ਕਰੂੰ, ਆ ਜਾਓ ਫੀਲਡ 'ਚ ਖੇਡੀਏ।
ਸੋ ਹਰ ਤਰ੍ਹਾਂ ਦਾ ਬੰਦਾ ਹੈਗਾ ਫੀਲਡ ਸਰ ਦੁਨੀਆ ਇੱਦੀ ਬਣੀ ਹੋਈ ਹੈ ਬਿਲਕੁਲ ਅਸੀਂ ਕੱਲ ਪਰਸੋਂ ਵੀ ਗੱਲ ਕਰ ਰਹੇ ਸੀ ਤੇ ਕਹਿੰਦੇ ਵੀ ਜਦੋਂ 5 ਮਿਲੀਅਨ ਆ 5 ਮਿਲੀਅਨ ਇਸ ਸਿਨੇਮਾ ਘਰਾਂ 'ਚ ਨਹੀਂ ਆਉਣਗੇ ਜਦ ਤੱਕ ਤੁਸੀਂ ਕੰਮ ਨਹੀਂ ਕੀਤਾ ਉਸ ਲੈਵਲ ਦਾ ਕਿਸੇ ਜਦੋਂ ਤੁਸੀਂ ਦੇਖ ਲਓ ਨਾ ਫਿਰ ਪ੍ਰੂਫ ਵੀ ਆਇਆ ਜਦੋਂ ਉਹਨਾਂ ਨੂੰ ਕੈਮਰੇ ਨੂੰ ਖੜਾ ਕੀਤਾ ਜਾਂਦਾ ਵਾਹਿਗੁਰੂ ਉਹਨਾਂ 'ਤੇ ਕਿਰਪਾ ਰੱਖੇ ਉਹ ਜਿਹੜੀ ਫੀਲਡ 'ਚ ਹੈ ਹੋਰ ਤਰੱਕੀ ਮਿਲੇ ਪਰ ਜਦੋਂ ਤੁਸੀਂ ਕਿਸੇ ਨੂੰ ਇੱਕ ਜਗ੍ਹਾ ਤੋਂ ਕੱਢ ਕੇ ਦੂਸਰੀ 'ਚ ਪਾਉਂਦੇ ਹੋ ਤਾਂ ਕਈ ਵਾਰ ਨਹੀਂ ਚੱਲਦੇ ਕਈ ਵਾਰ ਕਿ 90% ਨਹੀਂ ਚੱਲਦੇ ਅਤੇ ਫਿਰ ਉਹਨੂੰ ਵੀ ਪਤਾ ਲੱਗ ਜਾਂਦਾ ਪ੍ਰੋਡਿਊਸਰਸ ਨੂੰ ਜਾਂ ਡਾਇਰੈਕਟਰਸ ਨੂੰ ਨਹੀਂ ਯਾਰ ਇਹ ਗਲਤੀ ਹੋ ਗਈ ਫਿਰ ਵਾਪਸ ਫਿਰ ਉੱਥੇ ਹੀ ਆਉਂਦੇ ਆ ਅੱਜ ਜੋ ਤੁਸੀਂ ਸਿਨੇਮਾ ਦੇ ਵਿੱਚ ਐਕਟਰਸ ਦੇਖਦੇ ਹੋ ਥੀਏਟਰ ਕਲਾਕਾਰ ਦੇਖਦੇ ਹੋ ਉਹ ਇਹਦਾ ਹੀ ਰੂਪ ਨੇ ਪਿਛਲੇ ਕੁਛ ਸਮੇਂ ਤੋਂ ਦੇਖੋ ਸਿੰਗਰ ਬਹੁਤ ਸੋਹਣਾ ਗਾਉਂਦੇ ਨੇ ਸਾਡੀ ਪੰਜਾਬੀ ਇੰਡਸਟਰੀ ਹੈ ਜਿਹੜੀ ਉਹ ਅਸਲ 'ਚ ਮਿਊਜ਼ਿਕ ਇੰਡਸਟਰੀ ਹੈ ਇਹਨਾਂ ਲੋਕਾਂ ਨੇ ਇੰਡਸਟਰੀ ਬਣਾਈ ਹੈ ਤਾਂ ਅੱਜ ਸਾਡੀ ਵਾਰੀ ਆਈ ਹੈ ਮੈਂ ਥੈਂਕਸ ਕਰਦਾ ਇਹਨਾਂ ਲੋਕਾਂ ਦਾ ਪਰ ਹਰ ਸਿੰਗਰ ਐਕਟਰ ਨਹੀਂ ਹੋ ਸਕਦਾ ਇਹ ਪ੍ਰੂਫ ਵੀ ਹੋਇਆ ਪਿਛਲੇ ਜ਼ਮਾਨੇ ਉਹਦੇ ਵਿੱਚ ਅਤੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਅੱਜ ਦਲਜੀਤ ਬਾਈ ਗਿੱਪੀ ਬਾਈ ਅਮਰਿੰਦਰ ਐਮੀ ਬਾਈ ਜਿੱਥੇ ਉਹ ਪਹੁੰਚੇ ਨੇ ਅਤੇ ਅਸੀਂ ਥੈਂਕਸ ਕਰਦੇ ਹਾਂ ਉਹਨਾਂ ਦਾ ਉਹਨਾਂ ਨੇ ਇੰਡਸਟਰੀ ਨੂੰ ਉਸ ਲੈਵਲ ਤੱਕ ਲੈ ਗਏ ਕਿ ਸਾਡੀ ਵੀ ਵਾਰੀ ਆ ਗਈ ਹੈ ਨਾ ਹਰਭਜਨ ਮਾਨ ਬਾਈ ਨੇ ਉਹ ਉੱਥੇ ਤੱਕ ਲੈ ਗਏ ਕਿ ਤਾਂ ਸਾਡੀ ਵਾਰੀ ਆਈ ਹੈ ਜੇ ਉਹ ਲੋਕਾਂ ਨੇ ਇੰਡਸਟਰੀ ਨੂੰ ਸਾਂਭਿਆ ਹੋਇਆ ਸੀ ਅਸੀਂ ਉਹਨਾਂ ਦਾ ਵੀ ਥੈਂਕਸ ਕਰਦੇ ਹਾਂ ਥੈਂਕ ਯੂ ਸੋ ਮਚ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਸਪੈਸ਼ਲੀ ਤੁਸੀਂ ਵੀ ਬਹੁਤ ਸਾਰੀ ਮੋਟੀਵੇਸ਼ਨ ਹੈ ਜਿਹੜੀ ਕਈ ਸਾਰੇ ਲੋਕ ਇੰਸਪਾਇਰ ਹੋਣਗੇ ਇਸ ਇੰਟਰਵਿਊ ਨੂੰ ਦੇਖ ਕੇ ਅਫਕੋਰਸ ਕਿ ਕੁੜੀਆਂ ਇੰਸਪਾਇਰ ਹੋਣਗੀਆਂ ਅਤੇ ਸਪੈਸ਼ਲੀ ਜਿਨ੍ਹਾਂ ਨੂੰ ਇਹ ਲੱਗਦਾ ਆ ਵੀ ਅਸੀਂ ਸ਼ਾਇਦ ਇੱਕ ਫੀਲਡ 'ਚੋਂ ਦੂਸਰੀ ਫੀਲਡ 'ਚ ਬਿਨਾਂ ਸਿੱਖੇ ਸ਼ਿਫਟ ਹੋ ਸਕਦੇ ਹਾਂ ਇਹ ਇੱਕ ਮਿੱਥ ਆ ਸਿੱਖ ਕੇ ਆਉਣਾ ਚਾਹੀਦਾ ਆ ਸੋ ਥੈਂਕ ਯੂ ਸੋ ਮਚ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਅਤੇ ਬੱਲੇ ਉਹ ਚਲਾਕ ਸੱਜਣਾ 4 ਅਗਸਤ ਨੂੰ ਆ ਜਾਣੀ ਹੈ ਕੀ ਕਹਿਣਾ ਚਾਹੋਗੇ 4 ਅਗਸਤ ਬੱਲੇ ਉਹ ਚਲਾਕ ਸੱਜਣਾ ਜੀ ਤੁਹਾਡੇ ਨੀਅਰੈਸਟ ਸਿਨੇਮਾ ਘਰਾਂ ਦੇ ਵਿੱਚ ਤੁਹਾਨੂੰ ਮਿਲ ਜੂਗੀ ਜਾਓ ਪਰਿਵਾਰ ਨਾਲ ਦੇਖਣ ਜਾਓ ਪ੍ਰੋਮਿਸ ਹੈ ਜਦੋਂ ਬਾਹਰ ਆਉਂਗੇ ਤਾਂ ਸ਼ਾਇਦ ਇੱਕ ਦੂਜੇ ਨਾਲ ਤੁਹਾਡਾ ਵਤੀਰਾ ਬਦਲਿਆ ਹੋਊਗਾ 4 ਅਗਸਤ ਨੂੰ ਸਾਡੀ ਫਿਲਮ ਆ ਰਹੀ ਹੈ ਬੱਲੇ ਉਹ ਚਲਾਕ ਸੱਜਣਾ ਤੁਸੀਂ ਸਾਰੇ ਜ਼ਰੂਰ ਜਾਓ ਅਤੇ ਮੈਨੂੰ ਲੱਗਦਾ ਕੰਪਲੀਟ ਪੈਕੇਜ ਹੈ ਫਿਲਮ ਤੁਹਾਨੂੰ ਹਸਾਊਗੀ ਰੁਲਾਊਗੀ ਐਕਸ਼ਨ ਆ ਸਭ ਕੁਛ ਆ ਤੁਸੀਂ ਛੇਤੀ ਛੇਤੀ ਜਾਓ ਅਤੇ ਦੇਖ ਕੇ ਆਉਣਾ ਥੈਂਕ ਯੂ ਸੋ ਮਚ ਐਂਡ ਆਲ ਦਾ ਵੈਰੀ ਬੈਸਟ ਸੋ 4 ਅਗਸਤ ਨੂੰ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ 'ਚ ਆ ਰਹੀ ਹੈ ਫਿਲਮ ਬੱਲੇ ਉਹ ਚਲਾਕ ਸੱਜਣਾ ਫਿਲਹਾਲ ਦੇ ਲਈ ਮੈਨੂੰ ਯਾਨੀ ਸਿਮਰਨ ਹੰਸ ਨੂੰ ਦਿਓ ਇਜਾਜ਼ਤ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ